ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੋਂ ਦੇ ਪਬਲਿਕ ਟਰਾਂਸਪੋਰਟ, ਮਤਲਬ ਟ੍ਰੇਨ ਦਾ ਸਫ਼ਰ। ਵੀਡੀਓ ਜੀ ਹਵਾ ਦੀ ਆਵਾਜ਼ ਹੁੰਦੀ ਹੋਵੇ ਇਗਨੋਰ ਕਰਿਓ, ਕਿਉਂਕਿ ਇੱਥੇ ਹਵਾ ਬਹੁਤ ਤੇਜ਼ ਚੱਲਦੀ ਹੈ। ਵਿਲਿੰਗਟਨ ਸ਼ਹਿਰ ਦਾ ਪੁਲਿਸ ਥਾਣਾ ਵੀ ਆਹ ਹੈ, ਦੇਖੋ ਕਿੱਡਾ ਉੱਚਾ ਬਣਾ ਰੱਖਿਆ। ਰੋਡ ਆ ਸਿੱਧੀ ਕੋਈ ਵੀ ਫੈਰੀ ਜਿਵੇਂ ਕਿਸ਼ਤੀ ਹੁੰਦੀ ਹੈ, ਬੋਟ ਵਗੈਰਾ, ਉਹ ਲੈ ਸਕਦੇ ਹਾਂ, ਉਹ 'ਤੇ ਆਪਾਂ ਰਾਈਡ ਕਰ ਸਕਦੇ ਹਾਂ। ਇੱਧਰੋਂ ਆਪਾਂ ਆਈ ਜਾਂਦੇ ਸੀਗੇ, ਚੱਲਦੇ ਆਪਾਂ ਸਿੱਧਾ ਰੇਲਵੇ ਸਟੇਸ਼ਨ ਵੱਲ। ਜਾਂਦੇ ਜਾਂਦੇ ਸਾਨੂੰ ਬੱਸਾਂ ਚੱਲਦੀਆਂ, ਬੱਸਾਂ ਨਾਲ ਮੈਸੇਜ ਲਿੰਕ ਹੁੰਦਾ, ਉਹਨਾਂ ਦਾ ਪਾਸ ਬਣਦਾ ਹੈ ਸਨੈਪਰ ਦੇ ਨਾਮ ਤੋਂ, ਉਹ ਆਪਾਂ ਬੱਸ ਅਤੇ ਟ੍ਰੇਨ ਦੋਨਾਂ 'ਚ ਯੂਜ ਕਰ ਸਕਦੇ ਹਾਂ। ਅੱਗੇ ਚੱਲ ਕੇ ਤੁਹਾਨੂੰ ਦਿਖਾਉਣਾ ਵੀ ਇੱਥੋਂ ਦਾ ਰੇਲਵੇ ਸਟੇਸ਼ਨ ਹੈ ਕਿੱਦਾਂ ਦਾ। ਇੰਟਰਸਿਟੀ ਦੀ ਮੇਨ ਰੋਡ ਹੈ, ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ ਹੈ। ਇੰਟਰਸਿਟੀ ਦਾ ਐਂਟਰ ਕਰਨ ਵਾਸਤੇ ਇਸ ਰੋਡ ਤੋਂ ਹੀ ਆਉਣਾ ਪੈਂਦਾ, ਡਬਲ ਸਾਈਡਡ ਰੋਡ ਹੈ। ਬਸ 500 ਮੀਟਰ ਦੀ ਦੂਰੀ 'ਤੇ ਹੈਗਾ ਇੱਥੋਂ ਦਾ ਰੇਲਵੇ ਸਟੇਸ਼ਨ, ਉੱਦਾਂ ਕੰਮ ਕਰਦੇ ਕਰਦੇ ਆਵਾਂਗੇ। ਇੱਕ ਸਾਈਡ ਆ ਰੋਡ ਹੈ, ਦੂਸਰੇ ਸਾਈਡ ਸਮੁੰਦਰ ਹੈ, ਤੁਹਾਨੂੰ ਦੇਖ ਰਿਹਾ ਹੋਊਗਾ ਸ਼ਾਇਦ। ਇਸ ਸਾਈਡ ਸਾਰਾ ਸਮੁੰਦਰ ਹੈ, ਆਹ ਰੋਡ ਹੈ ਜਿਹੜੀ ਮੇਨ ਰੋਡ ਹੈਗੀ ਹੈ। ਬਸ 500 ਮੀਟਰ ਦੂਰ ਜਾ ਕੇ ਰੇਲਵੇ ਸਟੇਸ਼ਨ ਆ ਜਾਂਦਾ ਹੈ, ਅੱਗੇ ਤੱਕ ਤੁਹਾਨੂੰ ਉੱਥੇ ਪਾਉਂਦੇ ਹਾਂ। ਹਾਂਜੀ, ਜੇ ਆਪਾਂ ਰੇਲਵੇ ਸਟੇਸ਼ਨ ਪਹੁੰਚ ਗਏ ਹਾਂ, ਆਪਾਂ ਤੁਹਾਨੂੰ ਇੱਥੋਂ ਦਾ ਵਿਲਿੰਗਟਨ ਸ਼ਹਿਰ ਦਾ ਰੇਲਵੇ ਸਟੇਸ਼ਨ ਦਿਖਾਉਂਦੇ ਹਾਂ। ਗਾਂਧੀ ਲਾ ਰੱਖਿਆ ਇੱਥੇ, ਮੈਸੇਜ ਦਿੱਤਾ ਗਿਆ ਇਹਦੇ ਲਾ ਕੇ, ਸਟੈਚੂ ਲਾ ਕੇ ਵੀ ਤੁਸੀਂ ਪਬਲਿਕ ਟਰਾਂਸਪੋਰਟ ਦਾ ਜ਼ਿਆਦਾ ਯੂਜ ਕਰੋ। ਆਹ ਜੀ ਐਂਟਰੀ ਗੇਟ ਹੈਗਾ, ਆਹ ਜੀ ਆਪਾਂ ਰੇਲਵੇ ਸਟੇਸ਼ਨ ਦੇ ਅੰਦਰ ਐਂਟਰ ਹੋ ਗਏ ਹਾਂ। ਇੱਥੇ ਇੱਕ ਨਿਊ ਵਰਡ ਗਰੋਸਰੀ ਸਟੋਰ ਆ, ਮਤਲਬ ਕੋਈ ਵੀ ਆਪਾਂ ਗਰੋਸਰੀ ਲੈ ਕੇ ਜਾ ਸਕਦੇ ਹਾਂ, ਖਾਣ ਪੀਣ ਵਾਲੀ ਚੀਜ਼ਾਂ। The next Johnsonville line service to Johnsonville Stoke Hill stations departs from platform 1 in 10 minutes. ਆਹ ਜੀ ਸਾਰੇ ਪਲੇਟਫਾਰਮ ਹੈਗੇ ਆ, ਇੱਧਰ ਆ ਵਾਸ਼ਰੂਮ ਬਣੇ ਹੋਏ ਆ, ਦੇਖੋ ਲਿੰਕਨ ਸ਼ਹਿਰ ਦਾ ਰੇਲਵੇ ਸਟੇਸ਼ਨ। ਆ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਇੱਥੇ ਲੈ ਸਕਦੇ ਹਾਂ। ਆਹ ਮੈਟਰੀ ਲਿੰਕ, ਬੱਸਾਂ ਦੇ ਟ੍ਰੇਨਾਂ ਸਿਰਫ ਮੈਟਰੀ ਲਿੰਕ ਹੀ ਚੱਲਦੀਆਂ। ਜਿਹੜਾ ਮੈਂ ਤੁਹਾਨੂੰ ਕਾਰਡ ਦੱਸਿਆ ਸੀਗਾ ਵੀ ਬੱਸ ਅਤੇ ਮੈਟਰੋ ਵਾਸਤੇ ਇੱਕ ਹੀ ਕਾਰਡ ਬਣਦਾ, ਉਹ ਆਹ ਕਾਰਡ ਹੈ। ਆਹ ਇੱਥੇ ਨੂੰ ਆਪਾਂ ਲਾ ਦਾਂਗੇ, ਆਪਾਂ ਐਕਸੈਪਟੇਬਲ ਹੋ ਗਏ, ਹੁਣ ਆਪਾਂ ਚੱਲ ਸਕਦੇ ਹਾਂ। ਆਹ ਜੀ ਉੱਥੇ ਟ੍ਰੇਨਾਂ ਹੈਗੀਆਂ, ਟ੍ਰੇਨਾਂ ਦੇਖੋ ਤੁਸੀਂ, ਚੈੱਕ ਕਰੋ। And thank you for traveling with MetLink. Ah, the train is very long. Line service to Upper Hutt. Express to...
हाँ जी आप चले सी विलिंगटन तो हड़ापा पहुँच गया पेटोनी तो जिला आप उत्तर पंच किया उतर के फिर पिंच करना है इतना अपना पैलेस कटिया गया आ देखो जी ट्रेन खड़ी कैमें लग गया फिर थोड़ा ट्रेन का सफ़र जो वीडियो वधिया लगी तो लाइक सबसक्राइब करो तो नैक्सट वीडियो थोड़ा दसागे भी आ कार्ड कैमें बनता है एच रिचार्ज कैमें होंगे ट्रेन तो बस से एक होर फैसिलिटी है इतने जो अपने को साइकिल हो आप साइकिल भी नाल कैरी कर सकते हैं चाहे वह बस से हो ट्रेन से हो आएगा जी पिटोनी का बस स्टैंड रेलवे स्टेशन दोनों नेड़े नेड़े होते हैं पिटोनी का रेलवे स्टेशन आ गया और बस स्टैंड आ गया हम आप चलते हैं तो अपना कार्ड करते हैं पिंच तो देखो एक ट्रेन आ गई यह जाऊगी अपर हट विलिंगटन हैगा बहुत मतलब लोअर हट अपर हट ये सब मिलके एक विलिंगटन बने हाँ देखो जी इतने आप कार्ड पिंच करांगे हो सकिया तो वीडियो थोनू स्काई स्टेडियम का बारों बारों दिखावे नाले बहुत ही सोहना समुद्र का व्यू भी दिखावे अपनी ट्रेन आ गई है आप बटन वगैरह नाते पर खोल सकते हैं देखो स्टॉप पे उत्तर ब्लिंक करते होंगे उत्तर रोक सकते हैं आप थोड़ा आप थोड़ा समुद्र का व्यू दिखावे नाले स्काई स्टेडियम के बारों दिखावे ट्रेन समुद्र के नाल ना जाती है बस समुद्र स्टार्ट होना है देखो उत्ते इंजॉय करो समुद्र का सीन जे किसी को स्नैपर कार्ड ना हो तो वह ट्रेन के बीच ही टिकट प्राप्त कर सकता है स्काई स्टेडियम आ गया रेलवे स्टेशन के कोल ही है वो देखो स्काई स्टेडियम की बिल्डिंग वाइट तो रेड कलर स्काई स्टेडियम दिखा हुआ है आ स्टेडियम की लाइट है आप वैसे ये अंदर नहीं जा सकते जे कोई इवेंट वगैरह हो फिर ये अंदर एंट्री अलाउ है का आ सारी बिल्डिंग जी स्टेडियम भी है ये थले पार्किंग बनी हुई है देखो जी स्टेडियम की लाइट
ਥੱਲੇ ਸਾਰੀ ਆ ਪਾਰਕਿੰਗ ਆ ਸਟੇਡੀਅਮ ਦੀ ਇਹਦੀ ਐਂਟਰੀ ਦੂਜੀ ਸਾਈਡ ਹੈਗੀ ਆ ਬਹੁਤ ਵੱਡਾ ਸਟੇਡੀਅਮ ਹੈਗਾ ਇੱਥੋਂ ਦਾ ਵਿਲਿੰਗਟਨ ਦਾ ਉਹ ਜਿਹੜਾ ਤੁਹਾਨੂੰ ਕੱਲ੍ਹ ਦਿਖਾਇਆ ਸੀਗਾ ਉਹ ਟੈਸਟ ਮੈਚ ਖਾਤਰ ਹੈ ਅਤੇ ਟੀ ਟਵੰਟੀ ਅਤੇ ਵਨ ਡੇ ਖਾਤਰ ਆ ਸਟੇਡੀਅਮ 'ਚ ਮੈਚ ਹੁੰਦੇ ਆ ਆਹ ਦੇਖੋ ਜੀ ਪਾਰਕਿੰਗ ਬਹੁਤ ਵੱਡੀ ਪਾਰਕਿੰਗ ਹੈ ਜੀ ਇਹ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਬਿਲਕੁਲ ਹੀ ਕੋਲ ਹੈ ਆਹ ਦੇਖੋ ਜੀ ਵਿਲਿੰਗਟਨ ਸਟੇਸ਼ਨ ਆ ਗਿਆ ਆ ਕੇ ਵੀ ਰੇਲ ਇਹ ਵੀ ਮੈਪੇ ਲਿੰਕ ਦੀ ਲੱਗੀ ਹੈ ਆਹ ਜਿਹੜੀ ਸਾਰੇ ਇੱਥੇ ਜਿਹੜੀ ਟ੍ਰੇਨਾਂ ਚੱਲਦੀਆਂ ਸਾਰੀਆਂ ਇਲੈਕਟ੍ਰਿਕ ਹੈ ਦੇਖੋ ਜੀ ਸਟੇਸ਼ਨ ਬਹੁਤ ਹੀ ਸੋਹਣਾ ਅਤੇ ਸਾਫ਼ ਸੁਥਰਾ ਸਟੇਸ਼ਨ ਹੈਗਾ ਹੁਣ ਆਪਾਂ ਉਤਰਾਂਗੇ ਅਤੇ ਉਹ ਕਾਰਡ ਪਿੰਚ ਕਰਕੇ ਅਤੇ ਆਪਣੇ ਪੈਸੇ ਕੱਟੇ ਜਾਣਗੇ ਉਤਰ ਕੇ ਫਿਰ ਤੁਹਾਨੂੰ ਦੱਸਦਾ ਕਾਰਡ ਕਿਵੇਂ ਬੰਦ ਹੈ ਅਤੇ ਕਿਵੇਂ ਇਹ 'ਚ ਰੀਚਾਰਜ ਹੁੰਦਾ ਆਹ ਦੇਖੋ ਜੀ ਵਿਲਿੰਗਟਨ ਦਾ ਸਟੇਸ਼ਨ ਆਹ ਦੇਖੋ ਟ੍ਰੇਨ 'ਚ ਤੁਸੀਂ ਸਾਈਕਲ ਵੀ ਲੈ ਕੇ ਜਾ ਸਕਦੇ ਹੋ ਦੇਖੋ ਜੀ ਸਟੇਸ਼ਨ ਆ ਲੱਗੇ ਵੀ ਹੈਗੇ ਆ ਇੱਥੇ ਆਪਾਂ ਪਿੰਚ ਕਰ ਦੇਣਾ ਕਾਰਡ ਆਪਣਾ ਅਤੇ ਆਪਣੇ ਪੈਸੇ ਕੱਟੇ ਜਾਣੇ ਆ ਹੁਣ ਆਪਾਂ ਸਟੇਸ਼ਨ ਤੋਂ ਬਾਹਰ ਚੱਲਦੇ ਹਾਂ ਬਾਹਰ ਚੱਲ ਕੇ ਤੁਹਾਨੂੰ ਦੱਸਦਾ ਹੈ ਕਾਰਡ ਕਿੱਥੋਂ ਤੁਸੀਂ ਲੈ ਸਕਦੇ ਹੋ ਅਤੇ ਕਿਵੇਂ ਰੀਚਾਰਜ ਹੋਊਗਾ ਹਾਂ ਡਿਸਪਲੇ ਚੱਲਦੀ ਹੁੰਦੀ ਹੈ ਇੱਥੇ ਪਲੇਟਫਾਰਮ ਨੰਬਰ ਅਤੇ ਕਿਹੜੀ ਟ੍ਰੇਨ ਕਿੱਥੇ ਜਾਊਗੀ ਉਹ ਸਾਰਾ ਕੁਛ ਲਿਖਿਆ ਹੁੰਦਾ ਹੈ ਆਪਾਂ ਬਾਹਰ ਆ ਗਏ ਦੇਖੋ ਜੀ ਸਟੇਸ਼ਨ ਦਾ ਬਾਹਰ ਦਾ ਵਿਊ ਬਹੁਤ ਹੀ ਸੋਹਣਾ ਬਣਾ ਰੱਖਿਆ ਹੈ ਆਹ ਦੇਖੋ ਪੇੜ ਇੱਥੋਂ ਬਿਲਡਿੰਗਾਂ ਬਹੁਤ ਸਫਾਈ ਹੈ ਸਨੈਪ ਕਾਰਡ ਬਣਾਉਣ ਖਾਤਰ ਤੁਹਾਨੂੰ ਕੋਈ ਵੀ ਗ੍ਰੋਸਰੀ ਸਟੋਰ ਜਾਂ ਇੱਥੇ 24 ਆਵਰ ਸ਼ੋਪ ਹੁੰਦੀਆਂ ਉਹਨਾਂ ਨੂੰ ਜਾ ਕੇ ਕਹਿ ਦਿਓ ਸਾਨੂੰ ਸਨੈਪਰ ਕਾਰਡ ਚਾਹੀਦਾ $10 ਦਾ ਸਨੈਪਰ ਕਾਰਡ ਉਹਨੂੰ ਮਿਲਦਾ ਹੈ ਅਤੇ ਉਹਦੇ ਵਿੱਚ ਕੁਛ ਵੀ ਨਹੀਂ ਮਿਲਦਾ ਬੈਲੈਂਸ ਵਗੈਰਾ ਉਹਦੇ ਬਾਅਦ 'ਚ ਆਪਾਂ ਟੋਪਅਪ ਕਰਾਉਣਾ ਪੈਂਦਾ ਟੋਪਅਪ ਕਰਵਾ ਕੇ ਫਿਰ ਆਪਾਂ ਯੂਜ਼ ਕਰ ਸਕਦੇ ਹਾਂ ਬਾਕੀ ਯੂਜ਼ ਤਾਂ ਤੁਹਾਨੂੰ ਦਿਖਾਈ ਦਿੱਤਾ ਵੀ ਕਿਵੇਂ ਯੂਜ਼ ਹੁੰਦਾ ਹੋਰ ਕੋਈ ਕੁਐਸਚਨ ਹੋਵੇ ਤਾਂ ਵੀਡੀਓ ਦੇ ਕਮੈਂਟ 'ਚ ਦੱਸ ਦਿਓ ਆਹ ਜਿਹੜਾ ਸਨੈਪਰ ਕਾਰਡ ਹੈ ਇਹ ਟ੍ਰੇਨ ਅਤੇ ਬੱਸ ਦੋਨਾਂ ਵਾਸਤੇ ਹੁੰਦਾ ਤੁਸੀਂ ਦੋਨੇ ਚੀਜ਼ਾਂ ਯੂਜ਼ ਕਰ ਸਕਦੇ ਹੋ ਆ ਜਿਹੜਾ ਸਮੁੰਦਰ ਦਾ ਬਹੁਤ ਵੱਡਾ ਚਾਰਜ ਲੱਗਿਆ ਹੋਇਆ ਆਈ ਹੋਪ ਤੁਹਾਨੂੰ ਦੱਸਦਾ ਹੋਊਗਾ ਕਾਫੀ ਵੱਡਾ ਚਾਰਜ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਜਿਹੜੀ ਸ਼ੋਪ ਹੈ ਉਸ ਤੋਂ ਤੁਸੀਂ ਬੱਸ ਦਾ ਪਾਸ ਟ੍ਰੇਨ ਦਾ ਪਾਸ ਸਨੈਪਰ ਕਾਰਡ ਅਤੇ ਨਾਲ ਨਾਲ ਤੁਸੀਂ ਕੋਈ ਵੀ ਕੰਪਨੀ ਦੀ ਸਿੰਮ ਵੀ ਲੈ ਸਕਦੇ ਹੋ ਇੱਥੇ ਤੁਹਾਡਾ ਸਾਰਾ ਟੋਪਅਪ ਹੁੰਦਾ ਚਾਹੇ ਉਹ ਸਿੰਮ ਦਾ ਹੋਵੇ ਚਾਹੇ ਉਹ ਸਨੈਪਰ ਕਾਰਡ ਦਾ ਹੋਵੇ ਇਹ ਸ਼ੋਪ ਤੁਹਾਨੂੰ ਹਰੇਕ ਰੋਡ ਦੇ ਕੋਰਨਰ 'ਤੇ ਮਿਲ ਜੂਗੀ ਵਿਲਿੰਗਟਨ ਦੇ ਹਾਂਜੀ ਆਹ ਆਪਣਾ ਦੂਜਾ ਹੀ ਵਲੌਗ ਹੈ ਜੇ ਤੁਹਾਨੂੰ ਕੋਈ ਵੋਇਸ ਦਾ ਇਸ਼ੂ ਜਾਂ ਕੁਛ ਵੀ ਇਸ਼ੂ ਲੱਗਦਾ ਤਾਂ ਤੁਸੀਂ ਕਮੈਂਟਾਂ ਰਾਹੀਂ ਮੈਨੂੰ ਦੱਸ ਸਕਦੇ ਹੋ ਅੱਗੇ ਆਪਾਂ ਇਹਨਾਂ 'ਤੇ ਜੇ ਕਮੈਂਟ ਕਰੋਗੇ ਉਹਨਾਂ 'ਤੇ ਕੰਮ ਕਰਾਂਗੇ ਤਾਂ ਅੱਗੇ ਹੋਰ ਵਧੀਆ ਵਧੀਆ ਤੁਹਾਨੂੰ ਵਲੌਗ ਦੇਖਣ ਨੂੰ ਮਿਲਣਗੇ ਹੋਪ ਕਰਦਾ ਤੁਹਾਨੂੰ ਸਾਰਾ ਵਿਲਿੰਗਟਨ ਸ਼ਹਿਰ ਮੈਂ ਵੀਡੀਓ ਦਾ ਰਾਹੀਂ ਦਿਖਾ ਸਕਾਂ ਅਤੇ ਅਗਲੀ ਵੀਡੀਓ 'ਚ ਆਪਾਂ ਤੁਹਾਨੂੰ ਬੱਸ ਦੀ ਜਰਨੀ ਦਿਖਾਵਾਂਗੇ ਵੀ ਇੱਥੇ ਬੱਸ 'ਚ ਸਨੈਪਰ ਕਾਰਡ ਕਿਵੇਂ ਚੱਲਦਾ ਹੈ